ਮੁੰਡੇ ਤੇ ਕੁੜੀ ਦੇ ਹੱਥਾਂ ਤੋਂ ਵਿਆਹ ਦੀ ਮਹਿੰਦੀ ਤੱਕ ਨਹੀਂ ਉਤਰੀ ਸੀ ਕਿ ਘਰ ਦੇ ਵਿੱਚ ਮੁੰਡੇ ਦੀ ਮ੍ਰਿਤਕ ਦੇਹ ਨੂੰ ਦੇਖ ਕੇ ਤਾਹਾਂ ਮਾਰ ਕੇ ਮਾਂ ਰੋਂਦੀ ਨਜ਼ਰ ਆਈ। ਸ਼ਗਨਾਂ ਵਾਲੇ ਘਰ ਦੇ ਵਿੱਚ ਕਿਸ ਤਰ੍ਹਾਂ ਦੇ ਨਾਲ ਬਹਿਣ ਪੈ ਗਏ ਇਹ ਦੇਖ ਕੇ ਪੂਰੇ ਪਿੰਡ ਵਾਲੇ ਦੀਆਂ ਅੱਖਾਂ ਦੇ ਵਿੱਚ ਹੰਝੂ ਸਨ। ਦੱਸ ਦਈਏ ਕਿ ਬੇਹੱਦ ਹੀ ਦੁਖਦ ਘਟਨਾ ਸਾਹਮਣੇ ਆ ਰਹੀ ਹੈ ਬਨੂੜ ਤੋਂ, ਜਿੱਥੇ ਇੱਕ ਹਫ਼ਤਾ ਪਹਿਲਾਂ ਹੀ ਵਿਆਹੇ 23 ਸਾਲ ਦੇ ਨੌਜਵਾਨ ਨੇ ਘਰੇਲੂ ਕਲੇਸ਼ ਦੇ ਚੱਲਦੇ ਉਸਦੀ ਜਾਨ ਗਈ ਦੱਸੀ ਜਾ ਰਹੀ ਹੈ। ਨੌਜਵਾਨ ਦੀ ਮ੍ਰਿਤਕ ਦੇ ਬਨੂੜ ਸ਼ਹਿਰ ਦੇ ਵਿੱਚੋਂ ਗੁਜ਼ਰਦੇ ਕੌਮੀ ਮਾਰਗ 'ਤੇ ਬਣੇ ਓਵਰ ਬ੍ਰਿਜ 'ਤੇ ਖੜ੍ਹੀ ਇਨੋਵਾ ਕਾਰ ਦੇ ਵਿੱਚੋਂ ਮਿਲੀ ਅਤੇ ਇਨੋਵਾ ਗੱਡੀ ਇਸੇ ਮੁੰਡੇ ਦੀ ਸੀ। ਦੱਸ ਦਈਏ ਥਾਣਾ ਮੁਖੀ ਇੰਸਪੈਕਟਰ ਕਿਰਪਾਲ ਸਿੰਘ ਮੋਹੀ ਨੇ ਦੱਸਿਆ ਕਿ ਮੋਹਾਲੀ ਥਾਣਾ ਸੋਹਾਣਾ ਅਧੀਨ ਪੈਂਦੇ ਪਿੰਡ ਮਨੋਲੀ ਦਾ ਵਸਨੀਕ ਨੌਜਵਾਨ ਦਿਲਪ੍ਰੀਤ ਸਿੰਘ ਪੁੱਤਰ ਬਲਵਿੰਦਰ ਸਿੰਘ, ਜਿਸ ਦਾ ਵਿਆਹ 9 ਜੁਲਾਈ ਨੂੰ ਜ਼ੀਰਕਪੁਰ ਦੀ ਰਹਿਣ ਵਾਲੀ 21 ਸਾਲ ਦੀ ਮਨਪ੍ਰੀਤ ਦੇ ਨਾਲ ਹੋਇਆ ਸੀ। ਉਹਨਾਂ ਦਾ ਪੁੱਤਰ ਪੇਸ਼ੇ ਵਜੋਂ ਡਰਾਈਵਰੀ ਕਰਦਾ ਸੀ ਅਤੇ ਇਨੋਵਾ ਗੱਡੀ ਚਲਾਉਂਦਾ ਹੁੰਦਾ ਸੀ। ਮ੍ਰਿਤਕ ਨੌਜਵਾਨ ਦਿਲਪ੍ਰੀਤ ਸਿੰਘ ਦਾ ਜਿਸ ਦਿਨ ਦਾ ਵਿਆਹ ਹੋਇਆ ਸੀ ਉਸ ਦਿਨ ਤੋਂ ਹੀ ਉਹ ਆਪਣੇ ਸਹੁਰੇ ਘਰ ਰਹਿੰਦਾ ਸੀ, ਕਦੇ ਕਦਾਈ ਆਪਣੇ ਪਿੰਡ ਮਨੋਲੀ ਵੀ ਆਉਂਦਾ ਹੁੰਦਾ ਸੀ। ਬੀਤੇ ਦਿਨੀ ਨਵਵਿਆਹੇ ਜੋੜੇ ਦੇ ਵਿੱਚ ਕਿਸੇ ਗੱਲ ਨੂੰ ਲੈ ਕੇ ਝਗੜਾ ਹੋਇਆ, ਜਿਸ ਤਰ੍ਹਾਂ ਕਿ ਖਬਰਾਂ ਸਾਹਮਣੇ ਆ ਰਹੀਆਂ ਨੇ ਕਿ ਉਹ ਪਿੰਡ ਦੇ ਵਿੱਚ ਰਹਿਣ ਕਰਕੇ ਹੀ ਲੜਾਈ ਝਗੜਾ ਕਰਦੇ ਹੁੰਦੇ ਸੀ। ਇਸ ਦੇ ਕਾਰਨ ਹੀ ਦਿਲਪ੍ਰੀਤ ਬੀਤੇ ਦਿਨੀ ਲੜਾਈ ਕਰਨ ਤੋਂ ਬਾਅਦ ਆਪਣੇ ਘਰ ਵਾਪਸ ਆਇਆ। ਇਸ ਤੋਂ ਬਾਅਦ ਹੀ ਕੁੜੀ ਦੇ ਪਰਿਵਾਰ ਨੇ ਦਿਲਪ੍ਰੀਤ ਸਿੰਘ ਦੇ ਘਰ ਆ ਕੇ ਖੂਬ ਹੰਗਾਮਾ ਕੀਤਾ। ਘਟਨਾ ਤੋਂ ਬਾਅਦ ਦਿਲਪ੍ਰੀਤ ਸਿੰਘ ਆਪਣੇ ਪਰਿਵਾਰਕ ਮੈਂਬਰਾਂ ਨੂੰ ਤਕਰੀਬਨ 11 ਵਜੇ ਇਹ ਕਹਿ ਕੇ ਗੱਡੀ 'ਚੋਂ ਆ ਗਿਆ ਕਿ ਉਹ ਕੁਝ ਦੇਰ ਬਾਅਦ ਆਵੇਗਾ, ਪਰ ਜਦੋਂ ਉਹ ਸਵੇਰ ਤੱਕ ਘਰ ਵਾਪਸ ਨਹੀਂ ਪਰਤਿਆ ਤਾਂ ਪਰਿਵਾਰਕ ਮੈਂਬਰਾਂ ਦੇ ਵੱਲੋਂ ਉਸਦੀ ਤਲਾਸ਼ ਕੀਤੀ ਗਈ। ਉਸਦੇ ਫੋਨ ਬੰਦ ਆਉਣ ਤੋਂ ਬਾਅਦ ਹੀ ਉਹਨਾਂ ਨੂੰ ਹੱਥਾਂ ਪੈਰਾਂ ਦੀ ਪੈ ਗਈ ਅਤੇ ਫਲਾਈਓਵਰ ਤੋਂ ਗੁਜ਼ਰ ਰਹੇ ਰਾਹਗੀਰਾਂ ਨੇ ਹੀ ਫੋਨ ਕਰਕੇ ਦੱਸਿਆ ਕਿ ਇੱਥੇ ਖੜ੍ਹੀ ਇਨੋਵਾ ਗੱਡੀ ਦੇ ਵਿੱਚ ਇੱਕ ਨੌਜਵਾਨ ਪਿਆ। ਜਾਂਚ ਅਧਿਕਾਰੀ ASI ਜਸਵਿੰਦਰਪਾਲ ਸਮੇਤ ਪੁਲਿਸ ਪਾਰਟੀ ਮੌਕੇ 'ਤੇ ਪਹੁੰਚੀ ਅਤੇ ਗੱਡੀ ਦੇ ਵਿੱਚੋਂ ਨੌਜਵਾਨ ਦੀ ਮ੍ਰਿਤਕ ਦੇ ਬਰਾਮਦ ਕੀਤੀ। ਦੱਸ ਦਈਏ ਕਿ ਉਸਨੂੰ ਡੇਰਾ ਬੱਸੀ ਦੇ ਸਿਵਲ ਹਸਪਤਾਲ ਦੀ ਮੋਰਚਰੀ ਵਿੱਚ ਰਖਵਾਇਆ ਗਿਆ ਅਤੇ ਇੱਧਰ ਇੰਸਪੈਕਟਰ ਕਿਰਪਾਲ ਸਿੰਘ ਨੇ ਦੱਸਿਆ ਕਿ ਪਰਿਵਾਰਕ ਮੈਂਬਰਾਂ ਦੇ ਬਿਆਨਾਂ 'ਤੇ ਅਗਲੀ ਕਾਰਵਾਈ ਕੀਤੀ ਜਾਂਦੀ ਹੈ। ਜਿਸ ਕੁੜੀ ਦੇ ਨਾਲ ਸਾਰੀ ਉਮਰ ਇਕੱਠੇ ਰਹਿਣ ਦੇ ਸੁਪਨੇ ਮੁੰਡੇ ਦੇ ਵੱਲੋਂ ਦੇਖੇ ਜਾ ਰਹੇ ਸਨ, ਇਸ ਨੂੰ ਪੂਰਾ ਕਰਦੇ ਹੋਏ ਉਸਨੇ ਉਸੇ ਕੁੜੀ ਦੇ ਨਾਲ ਲਵ ਮੈਰਿਜ ਕਰਵਾ ਲਈ। ਪਰ ਇਸ ਵਿਆਹ ਤੋਂ 7 ਦਿਨ ਬਾਅਦ ਹੀ ਮੁੰਡੇ ਦੀ ਜਾਨ ਚਲੀ ਜਾਂਦੀ ਹੈ। ਉਸਦੀ ਮ੍ਰਿਤਕ ਦੇ ਸੜਕ 'ਤੇ ਕਿਨਾਰੇ ਮਿਲੀ ਹੈ। ਬੇਹੱਦ ਹੀ ਦੁਖਦ ਭਰੀ ਘਟਨਾ ਸਾਹਮਣੇ ਆਈ, ਜਿੱਥੇ ਨੌਜਵਾਨ ਮੁੰਡੇ ਦੇ ਵਿਆਹ ਦੇ ਹਲੇ ਚਾਅ ਵੀ ਨਹੀਂ ਪੂਰੇ ਹੋਏ ਸੀ ਕਿ ਉਸਦੀ ਮ੍ਰਿਤਕ ਦੇ ਬਰਾਮਦ ਹੋ ਗਈ। ਇਸ ਪੂਰੇ ਮਾਮਲੇ ਨੂੰ ਲੈ ਕੇ ਮੁੰਡੇ ਦੇ ਪਰਿਵਾਰਕ ਮੈਂਬਰਾਂ ਦੇ ਵੱਲੋਂ ਜਿੱਥੇ ਕਈ ਖੁਲਾਸੇ ਕੀਤੇ ਗਏ, ਉੱਥੇ ਹੀ ਪਤਾ ਲੱਗ ਰਿਹਾ ਹੈ ਕਿ ਇਸ ਮੁੰਡੇ ਦੀ ਪਤਨੀ ਅਤੇ ਸੱਸ ਦੇ ਖਿਲਾਫ਼ ਕੇਸ ਵੀ ਦਰਜ ਹੋ ਚੁੱਕਿਆ। ਪਟਿਆਲਾ ਜ਼ਿਲ੍ਹੇ ਦੇ ਬਨੂੜ ਇਲਾਕੇ ਦੇ ਵਿੱਚ ਇੱਕ ਟੈਕਸੀ ਚਾਲਕ ਨੇ ਬੀਅਰ ਬਾਰ ਦੇ ਵਿੱਚ ਕੰਮ ਕਰਨ ਵਾਲੀ ਲੜਕੀ ਦੇ ਨਾਲ ਲਵ ਮੈਰਿਜ ਕਰਵਾਈ ਅਤੇ 7ਵੇਂ ਦਿਨ ਹੀ ਇਸ ਮੁੰਡੇ ਦੀ ਜਾਨ ਚਲੀ ਗਈ। ਮ੍ਰਿਤਕ ਦੀ ਪਛਾਣ ਦਿਲਪ੍ਰੀਤ ਸਿੰਘ ਦੇ ਵਜੋਂ ਕੀਤੀ ਗਈ ਹੈ। ਦੱਸ ਦਈਏ ਕਿ ਦਿਲਪ੍ਰੀਤ ਦੀ ਮ੍ਰਿਤਕ ਦੇ ਉਸਦੀ ਇਨੋਵਾ ਗੱਡੀ ਦੇ ਅੰਦਰੋਂ ਬਰਾਮਦ ਹੋਈ ਹੈ। ਮ੍ਰਿਤਕ ਦੇ ਪਿਤਾ ਬਲਵਿੰਦਰ ਸਿੰਘ ਪਾਸੀ ਮਨੋਲੀ ਦੀ ਸ਼ਿਕਾਇਤ 'ਤੇ ਹੀ ਪਤਨੀ ਮਨਪ੍ਰੀਤ ਕੌਰ ਅਤੇ ਉਸਦੀ ਸੱਸ ਕੁਲਦੀਪ ਕੌਰ, ਜੋ ਕਿ ਵਾਸੀ ਜ਼ੀਰਕਪੁਰ ਨੇ, ਉਹਨਾਂ ਦੇ ਖਿਲਾਫ਼ ਮਾਮਲਾ ਦਰਜ ਹੋ ਚੁੱਕਿਆ। ਬਲਵਿੰਦਰ ਸਿੰਘ ਨੇ ਦੱਸਿਆ ਕਿ ਦਿਲਪ੍ਰੀਤ ਸਿੰਘ ਖੁਦ ਦੀ ਇਨੋਵਾ ਗੱਡੀ ਪ੍ਰਾਈਵੇਟ ਤੌਰ 'ਤੇ ਚਲਾਉਂਦਾ ਹੁੰਦਾ ਸੀ, ਜੋ ਕਿ ਬਾਰ ਅਟੈਂਡੈਂਟ ਦਾ ਕੰਮ ਕਰਨ ਵਾਲੀ ਮਨਪ੍ਰੀਤ ਕੌਰ ਨੂੰ ਅਕਸਰ ਹੀ ਵਿਆਹ ਸਮਾਰੋਹ ਅਤੇ ਬਾਰ ਦੇ ਵਿੱਚ ਕੰਮ ਕਰਨ ਦੇ ਲਈ ਲੈ ਕੇ ਜਾਂਦਾ ਸੀ। ਇਸੇ ਤਰ੍ਹਾਂ ਦੋਹਾਂ ਦੇ ਵਿੱਚ ਪਿਆਰ ਹੋ ਗਿਆ। ਦੋਹਾਂ ਦੀ ਮੁਲਾਕਾਤ ਦੇ ਬਾਅਦ ਨਜ਼ਦੀਕੀਆਂ ਵਧਣੀਆਂ ਸ਼ੁਰੂ ਹੋਈਆਂ ਤਾਂ ਦੋਹਾਂ ਨੇ ਮਿਲ ਕੇ ਵਿਆਹ ਕਰਵਾਉਣ ਦਾ ਫੈਸਲਾ ਲਿਆ। ਪਰ ਇਹ ਫੈਸਲਾ ਮੁੰਡੇ 'ਤੇ ਕਿੰਨਾ ਭਾਰੀ ਪਿਆ ਤੁਸੀਂ ਦੇਖ ਸਕਦੇ ਹੋ। ਵਿਆਹ ਤੋਂ ਬਾਅਦ ਹੀ ਦਿਲਪ੍ਰੀਤ ਨੂੰ ਉਸਦੀ ਪਤਨੀ ਮਨਪ੍ਰੀਤ ਸਿੰਘ ਪਿੰਡ ਦੇ ਵਿੱਚ ਰਹਿਣ ਤੋਂ ਰੋਕਦੀ ਸੀ, ਜਿਸ ਦੇ ਕਾਰਨ ਦੋਵਾਂ ਦੇ ਵਿਚਾਲੇ ਵਿਆਹ ਦੇ ਬਾਅਦ ਹੀ ਝਗੜਾ ਸ਼ੁਰੂ ਹੋ ਗਿਆ। ਦਿਲਪ੍ਰੀਤ ਨੇ ਆਪਣੀ ਪਤਨੀ ਅਤੇ ਸੱਸ ਦੇ ਨਾਲ ਉਸਦੇ ਘਰ ਰਹਿਣਾ ਸ਼ੁਰੂ ਕਰ ਦਿੱਤਾ। ਕੁਝ ਦਿਨ ਪਹਿਲਾਂ ਉਹ ਪਿੰਡ ਆਇਆ ਤਾਂ ਉੱਥੇ ਆ ਕੇ ਪਤਨੀ ਅਤੇ ਸੱਸ ਨੇ ਉਸਦੇ ਨਾਲ ਝਗੜਾ ਕਰਨਾ ਸ਼ੁਰੂ ਕਰ ਦਿੱਤਾ। ਇੰਨਾ ਹੀ ਨਹੀਂ, ਪਿੰਡ ਵਾਲਿਆਂ ਦੇ ਸਾਹਮਣੇ ਮੁੰਡੇ ਦੀ ਬੇਇੱਜ਼ਤੀ ਕੀਤੀ ਗਈ। 16 ਜੁਲਾਈ ਨੂੰ ਦਿਨ ਦੇ ਸਮੇਂ ਘਟਨਾ ਤੋਂ ਬਾਅਦ ਪਰੇਸ਼ਾਨ ਹੋ ਕੇ ਦਿਲਪ੍ਰੀਤ ਇਨੋਵਾ ਕਾਰ ਲੈ ਕੇ ਚਲਾ ਗਿਆ ਅਤੇ ਮਾਪਿਆਂ ਨੂੰ ਇਹ ਕਹਿ ਗਿਆ ਕਿ ਕੁਝ ਹੀ ਸਮੇਂ ਦੇ ਵਿੱਚ ਵਾਪਸ ਆਵੇਗਾ। 17 ਜੁਲਾਈ ਨੂੰ ਉਹ ਤਾਂ ਨਹੀਂ ਮਿਲਿਆ, ਸਗੋਂ ਇੱਕ ਓਵਰ ਬ੍ਰਿਜ ਦੇ ਉੱਪਰ ਉਸਦੀ ਮ੍ਰਿਤਕ ਦੇ ਇਨੋਵਾ ਗੱਡੀ 'ਚੋਂ ਬਰਾਮਦ ਹੋਈ ਹੈ।
दस दिए कि दिलप्रीत ने आखिरी बार भी अपनी पत्नी दे नाल ही गल की है। वह अपनी पत्नी नू फोन कर रहा सी, फोन ते भी उसकी पत्नी ने पति नू बुरा भला कहा अते ही कारण दसिया जा रहा है कि अज वह दुनिया दे विच नहीं। फिलहाल इस पूरी घटना नू देखते हुए थाना बनोड़ इंचार्ज कृपाल सिंह ने कहा कि मुलजम पत्नी अते सस फरार हन, जिन्हां दे खिलाफ केस दर्ज किया गया। जल्द ही दोवां नू गिरफ्तार करन दा भरोसा देंदे हुए परिवार नू इंसाफ दवाउण दी गल आखी जा रही है। मुंडे ते कुड़ी दे हत्थां तों व्याह दी मेहंदी तक नहीं उतरी सी कि घर दे विच मुंडे दी मृतक देह नूं देख के ताहां मार के मार रोंदी नजर आई। शगना वाले घर दे विच किस तरह दे नाल बैण पै गए, यह देख के पूरे पिंड वाले दियां अक्खां दे विच हंझू सन। दस दिए कि बेहद ही दुखद घटना सामने आ रही है बनूर तो, जिथे एक हफ्ता पहला ही व्याहे 23 साल के नौजवान ने घरेलू कलेश के चलते उसकी जान गई दसी जा रही है। नौजवान की मृतक दे बनूर शहर के विचों गुजरते कौमी मार्ग से बने ओवरब्रिज से खड़ी इनोवा कार के विचों मिली। ये इनोवा गड्डी इसे मुंडे की सी। दस दिए थाना मुख्य इंस्पैक्टर कृपाल सिंह मोही ने दसिया कि मोहाली थाना सुहाणा अधीन पैंदे पिंड मनोली दा वसनीक नौजवान दिलप्रीत सिंह पुत्र बलविंदर सिंह, जिसका विआह 9 जुलाई नूं जीरकपुर की रहण वाली 21 साल की मनप्रीत दे नाल होया सी। उन्हां दा पुत्र पेशे वजों ड्राइवरी करदा सी अते इनोवा गड्डी चलांदा हुंदा सी। मृतक नौजवान दिलप्रीत सिंह दा जिस दिन दा विआह होया सी उस दिन तों ही उह अपने सहुरे घर रहिंदा सी, कदे कदाई अपने पिंड मनोली भी आंदा हुंदा सी। बीते दिनी नवव्याहे जोड़े दे विच किसी गल नूं लैके झगड़ा होया, जिस तरह की खबरां सामने आ रही ने कि वह पिंड दे विच रहण करके ही लड़ाई झगड़ा करते होंदे सी। इस दे कारण ही दिलप्रीत बीते दिनी लड़ाई करन तो बाद अपने घर वापस आया। इस तो बाद ही कुड़ी दे परिवार ने दिलप्रीत सिंह दे घर आ के खूब हंगामा किया। घटना तो बाद दिलप्रीत सिंह अपने परिवारिक मैंबरां नूं तकरीबन 11 बजे ये कह के गड्डी चों आ गया कि वह कुछ देर बाद आएगा, पर जदों वह सवेर तक घर वापस नहीं परतिया तो परिवारिक मैंबरां दे वल्लों उसकी तलाश की गई। उसके फोन बंद आन तो बाद ही उन्होंने हत्थां पैरां दी पै गई अते फ्लाईओवर तो गुजर रहे राहगीरां ने ही फोन करके दसिया कि इत्थे खड़ी इनोवा गड्डी दे विच इक नौजवान पिया। जांच अधिकारी ASI जसविंदर पाल समेत पुलिस पार्टी मौके पर पहुंचे अते गड्डी दे विचों नौजवान की मृतक दे बरामद की। दस दिए कि उसनु डेरा बसदे सिविल हस्पताल की मोर्चरी विच रखवाया गया। इधर इंस्पैक्टर कृपाल सिंह ने दसिया कि परिवारिक मैंबरां दे बयानां ते अगली कार्रवाई की जाएगी।